ਹਾਂ ਜੀ ਅੱਜ ਹੈਗਾ ਜੀ ਆਪਣੇ ਵਿਆਹ ਵਾਲੇ ਮੁੰਡੇ ਦੀ ਬਰਾਤ ਤੇ ਆਪਾਂ ਰੈਡੀ ਛੜੀ ਹੋ ਗਏ ਤੇ ਕੋੜੀ ਘੜੀ ਲੈ ਰਹੇ ਆ ਆ ਜਾ ਨੂੰ Thank you.
ਹਾਂਜੀ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਆਏ ਹਾਂ ਮੱਥਾ ਟਿਕਾਉਣ ਮੁੰਡੇ ਨੂੰ ਤੇ ਬਟ ਇੱਥੇ ਪਹਿਲਾਂ ਹੀ ਆਲਰੇਡੀ ਫੇਰੇ ਹੁੰਦੇ ਮੇਰੇ ਬਾਬਿਆਂ ਨੇ ਇਹਨਾਂ ਨੋਟਿਸ ਦਿੱਤਾ ਨਹੀਂ ਤੇ ਹੁਣ ਉਹ ਆਉਂਦੇ ਕਿ ਬਾਹਰੋਂ ਹੀ ਮੱਥਾ ਟੇਕ ਲੈਂਦੇ ਆ ਉਹ ਸਾਡਾ ਲੈਣਾ ਪੈਣਾ ਚਲੋ ਫਿਰ ਅੱਗੇ ਜਾ ਕੇ ਅਪਡੇਟ ਦਿੰਦੇ ਮੇਰੇ ਖਿਆਲ ਨਾਲ ਹੁਣ ਇਸ ਤੋਂ ਬਾਅਦ ਮੈਨੂੰ ਪਤਾ ਨਹੀਂ ਪੱਕਾ ਕਿੱਥੇ ਜਾਣਾ ਵਾ ਪਤਾ ਨਹੀਂ ਫੇਰੇ ਕਰਨੇ ਜਾਂ ਕਿੱਥੇ ਜਾਣਾ ਅਤੇ ਚਲੋ ਫਿਰ ਹਾਂਜੀ ਅਸੀਂ ਪਹੁੰਚ ਗਏ ਹਾਂ ਗੁਰਦੁਆਰਾ ਸਾਹਿਬ ਵਿਆਹ ਵਾਲਾ ਮੁੰਡਾ ਵੀ ਆ ਗਿਆ ਸਾਰੇ ਜਣੇ ਆ ਗਏ ਤੁਸੀਂ ਵੇਖ ਸਕਦੇ ਜੀ ਦੇਖਿਓ ਵੇਟ ਭਾਜੀ ਇੱਦਾਂ ਠੰਡ ਹੈ ਸਤਿ ਨਾਮ ਵਾਹਿਗੁਰੂ
ਹਾਂਜੀ ਅਸੀਂ ਆਪਣਾ ਪੈਲਸ ਪਹੁੰਚ ਗਏ ਹਾਂ। ਇਹ ਹੈਗਾ ਜੇ ਬਲੈਸਿੰਗ ਰਿਜ਼ੋਰਟ ਅਤੇ ਹੁਣ 2 ਵੱਜ ਗਏ ਆ, ਲੇਟ ਹੀ ਹੋ ਗਏ ਤਕਰੀਬਨ ਕਹਿ ਲਓ ਕਿ। ਅਤੇ ਹੁਣ ਅਸੀਂ ਆਪਣਾ ਮਿਲਣੀਆਂ ਮੁਲਣੀਆਂ ਕਰਦੇ ਪਏ ਸਾਰੇ ਜਾਣੇ। ਫੀਲਿੰਗਸ ਆਫ ਕੋਲਡਡ ਬ੍ਰੋ, ਬੜੀ ਠੰਡ ਹੈ ਥੋੜ੍ਹੀ। ਦਿੱਲੀ ਦੀ ਰਸਮ ਹੋ ਚੁੱਕੀ ਹੈ, ਮੈਂ ਵੀ ਚੀਜ਼ ਦੱਸਦਾ ਕਿ ਸਾਰੇ ਜਾਣਿਆਂ ਨੇ ਆਪਣਾ ਲਵੈਂਡਰ ਕਲਰ ਦੀਆਂ ਪੱਗਾਂ ਸਿਲੈਕਟ ਕੀਤੀਆਂ ਸਾਰੇ ਨੇ, ਕੋਡ ਹੀ ਡਰੈਸ ਕੋਡ ਹੀ, ਅਤੇ ਸਾਰਿਆਂ ਨੇ ਉਹ ਹੀ ਬੰਨੀਆਂ ਜਿਹੜੇ ਪੀਂਟ ਪਹਿਣੇ ਆ, ਅਤੇ ਬਾਕੀ ਸਿਮਰਨ ਨੇ ਤਾਂ ਮੈਂ ਇੱਕੋ ਰੰਗ ਦਾ ਹੀ ਕੋਟ ਪੈਂਟ ਪਾਇਆ, ਸਾਡਾ ਸਾਰਾ ਕੁਛ ਸੇਮ ਹੀ। ਚਲੋ ਫਿਰ ਮਿਲਦੇ ਹਾਂ ਅੱਗੇ ਜਾ ਕੇ। Uh-oh.